ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸvare khalsa ji आओ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤੇ ਬੰਦ ਕਰੀਏ ਬਹੁਤ ਹੀ ਸਤਿਕਾਰ ਸਹਿਤ ਆਕਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਮੈਂ ਕੋਸ਼ਿਸ਼ ਕੀਤੀ ਸੀ ਕਿ ਬਾਬਾ ਮਹਾਰਾਜ ਸਿੰਘ ਜਿਨ੍ਹਾਂ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਜਿਹੜੀ ਸਿੱਖ ਰਾਜ ਦੇ ਵਿੱਚ ਬੁਰਸ਼ਾ ਗਰਦੀ ਹੁੰਦੀ ਹੈ ਤੇ ਬਹੁਤ ਸਾਰੀਆਂ ਜਾਣਾਂ ਜਾਂਦੀਆਂ ਨੇ ਔਰ ਸਿੱਖ ਰਾਜ ਤੋਂ ਵਿਹੂਣੇ ਹੋ ਜਾਂਦੇ ਨੇ ਉਸ ਤੋਂ ਬਾਅਦ ਇੱਕ ਆਸ ਦੀ ਕਿਰਨ ਕਹਿ ਲਈਏ ਜਾਂ ਫਿਰ ਇੱਕੋ ਹੀ ਆਸ ਜਿਹੜੀ ਸਿੱਖ ਕੌਮ ਨੂੰ ਵਿਖਾਈ ਦਿੰਦੀ ਹੈ ਉਹ ਨੇ ਬਾਬਾ ਮਹਾਰਾਜ ਸਿੰਘ ਜਿਹੜੇ ਬਹੁਤ ਹੀ ਸੀਮਤ ਸਾਧਨਾ ਦੇ ਨਾਲ ਉਸ ਵੇਲੇ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਦੇ ਖਿਲਾਫ ਸੰਘਰਸ਼ ਸ਼ੁਰੂ ਕਰਦੇ ਨੇ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ 6 7 8 ਸਾਲ ਤਕਰੀਬਨ ਇੱਕ ਗੁਰੈਲਾ ਦੀ ਜੰਗ ਦੀ ਵਿਧੀਆਂ ਨੂੰ ਵਰਦੇ ਹੋਏ ਇੱਕ ਕਹਿ ਸਕਦੇ ਹੋ ਕਿ ਦੁਨੀਆ ਦੀ ਸਭ ਤੋਂ ਵੱਡੀ ਹਕੂਮਤ ਨੂੰ ਵਕਤ ਪਾ ਦਿੱਤਾ ਜੇਕਰ ਉਸ ਸਮੇਂ ਦੇ ਅਸੀਂ ਖੁਫੀਆ ਵਿਭਾਗ ਦੀਆਂ ਰਿਪੋਰਟਾਂ ਵੇਖਦੇ ਹਾਂ ਤਾਂ ਮੈਨੂੰ ਇੰਜ ਲੱਗਦਾ ਹੈ ਕਿ ਕਿਸੇ ਇਕੱਲੇ ਵਿਅਕਤੀ ਦੇ ਬਾਰੇ ਜੇਕਰ ਅੰਗਰੇਜ਼ਾਂ ਦੇ ਇੰਟੈਲੀਜੈਂਸ ਡਿਪਾਰਟਮੈਂਟ ਦੇ ਵਿੱਚ ਜ਼ਿਕਰ ਹੋਇਆ ਤੇ ਸਭ ਤੋਂ ਵੱਧ ਜ਼ਿਕਰ ਜਿਹੜਾ ਉਹ ਬਾਬਾ ਮਹਾਰਾਜ ਸਿੰਘ ਦਾ ਮਿਲਦਾ ਹੈ ਸਿੱਖ ਕੌਮ ਦੇ ਵਿੱਚ ਉਹਨਾਂ ਦੀ ਕਿੰਨੀ ਮਕਬੂਲੀਅਤ ਹੋਵੇਗੀ ਕਿ ਜਦੋਂ ਵੀ ਅੰਗਰੇਜ਼ਾਂ ਜਿਹੜੇ ਨੇ ਉਹਨਾਂ ਦੇ ਕੋਲ ਰਿਪੋਰਟਾਂ ਆਉਂਦੀਆਂ ਨੇ ਮੁਖਬਰ ਲੈ ਕੇ ਆਉਂਦੇ ਨੇ ਜਾਂ ਫਿਰ ਡਿਪਟੀ ਕਮਿਸ਼ਨਰ ਤੇ ਹੋਰ ਛੋਟੇ ਅਹੁਦਿਆਂ ਦੇ ਜਿਹੜੇ ਅਫਸਰ ਨੇ ਅੱਗੋਂ ਜਿਹੜੀਆਂ ਉਹ ਰਿਪੋਰਟਾਂ ਵੱਡੇ ਅਫਸਰਾਂ ਨੂੰ ਭੇਜਦੇ ਨੇ ਤਾਂ ਉਹਦੇ ਵਿੱਚ ਗੁਰੂ ਮਹਾਰਾਜ ਸਿੰਘ ਸ਼ਬਦ ਦੀ ਵਰਤੋਂ ਕਰਦੇ ਨੇ ਇਸ ਤੋਂ ਇਹ ਪਤਾ ਲੱਗ ਜਾਂਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਜਿਹੜੀ ਮਕੂਲ ਮਕਬੂਲੀਅਤ ਹੈ ਉਸ ਇੱਕ ਸਮਾਜ ਦੇ ਵਿੱਚ ਬਣ ਚੁੱਕੀ ਸੀ ਪਿਛਲੇ ਕੁਝ ਵਿਖਿਆਨਾਂ ਦੇ ਵਿੱਚ ਇਹ ਗੱਲਾਂ ਸਾਂਝੀਆਂ ਕੀਤੀਆਂ ਜਾ ਚੁੱਕੀਆਂ ਨੇ ਔਰ ਪਿਛਲੇ ਖਾਸ ਕਰਕੇ ਉਹ ਖਿਆਨ ਦੇ ਵਿੱਚ ਇਹ ਗੱਲ ਸਾਂਝੀ ਕੀਤੀ ਗਈ ਸੀ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਬਹੁਤ ਵੱਡੇ ਨੀਤੀਗਤ ਫੈਸਲੇ ਦੇ ਅਨੁਸਾਰ ਉਹਨਾਂ ਨੇ ਇਹ ਸੋਚਿਆ ਸੀ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਜਿੰਦਕੌਰ ਦੀ ਕੁੱਖੋਂ ਪੈਦਾ ਹੋਏ ਕਵਰਦਲਿਪ ਸਿੰਘ ਨੂੰ ਅਗਵਾ ਕਰਕੇ ਉਹਦੀ ਅਗਵਾਈ ਦੇ ਵਿੱਚ ਜਿਹੜਾ ਸੰਘਰਸ਼ ਆਰੰਭਿਆ ਜਾਵੇ ਤੇ ਜਦੋਂ ਉਹ ਬਾਲਗ ਹੋ ਜਾਵੇ ਭਾਵ 16 ਸਾਲ ਤੋਂ ਉੱਪਰ ਹੋ ਜਾਵੇ ਤਾਂ ਉਹ ਸਿੱਖ ਕੌਮ ਦਾ ਦੁਬਾਰਾ ਬਾਦਸ਼ਾਹ ਬਣੇ ਸੋ ਇੱਕ ਬਹੁਤ ਵੱਡਾ ਮੈਂ ਕਹਿ ਸਕਦਾ ਕਿ ਬਾਬਾ ਮਹਾਰਾਜ ਸਿੰਘ ਦਾ ਇਹਦੇ ਪਿੱਛੇ ਦਿਮਾਗ ਸੀ ਜਾਂ ਫਿਰ ਉਹਨਾਂ ਦੀ ਵਿਉਂਤਬੰਦੀ ਸੀ ਇਹ ਗੱਲ ਵੱਖਰੀ ਹੈ ਕਿ ਕੁਝ ਮੁਖਬਰ ਲੋਕਾਂ ਦੀ ਮੁਖਬਰੀ ਕਰਕੇ ਇਹ ਜਿਹੜੀ ਸਕੀਮ ਹੈ ਉਹ ਸਿਰੇ ਨਾ ਚੜ ਸਕੇ ਪਰ ਇਸ ਤੋਂ ਬਾਅਦ ਵੀ ਮੈਂ ਸੋਚਦਾ ਕਿ ਜੇਕਰ ਆਮ ਮਨੁੱਖ ਹੁੰਦਾ ਤਾਂ ਹੌਸਲਾ ਛੱਡ ਜਾਂਦਾ ਪਰ ਜਿਸ ਤਰ੍ਹਾਂ ਦੇ ਨਾਲ ਕਹਿ ਸਕਦੇ ਹੋ ਗੁਜਰਾਤ ਦੀ ਜੰਗ ਦੇ ਹਾਲਾਤ ਉਸ ਤੋਂ ਬਾਅਦ ਚੇਲਿਆਂਵਾਲ ਰਾਮਨਗਰ ਗੁਜਰਾਤ ਇਨਾਂ ਨੂੰ ਜੇਕਰ ਛੱਡ ਵੀ ਜੀ ਤੇ ਦਲੀਪ ਸਿੰਘ ਜਿਹੜਾ ਉਹਨਾਂ ਨੂੰ ਅਗਵਾ ਦੀ ਸਾਜ਼ਿਸ਼ ਦਾ ਨਾਕਾਮ ਹੋ ਜਾਣਾ ਇੰਨੀਆਂ ਜ਼ਿਆਦਾ ਵੱਡੀਆਂ ਨਾਕਾਮੀਆਂ ਹੋਣ ਤੋਂ ਬਾਅਦ ਇੱਕ ਸਟੇਟ ਦੇ ਖਿਲਾਫ ਲੜਨ ਵਾਲਾ ਇਕੱਲਾ ਬੰਦਾ ਜਿਹੜਾ ਉਹ ਆਪਣਾ ਹੌਸਲਾ ਨਹੀਂ ਛੱਡਦਾ ਬਲਕਿ ਬੜੀ ਜ਼ਰूरत ਦੇ ਨਾਲ ਫਿਰ ਉਸ ਸਟੇਟ ਦੇ ਖਿਲਾਫ ਸੰਘਰਸ਼ ਸ਼ੁਰੂ ਕਰ ਦਿੰਦਾ ਸੋ ਬਾਬਾ ਮਹਾਰਾਜ ਸਿੰਘ ਨੇ ਹੁਣ ਫਿਰ ਜਦੋਂ ਪਤਾ ਲੱਗਾ ਕਿ ਦਲੀਪ ਸਿੰਘ ਦੀ ਸਾਜ਼ਿਸ਼ ਨਾਕਾਮ ਹੋ ਚੁੱਕੀ ਹੈ ਤੇ ਦਲੀਪ ਸਿੰਘ ਨੂੰ ਅਗਵਾ ਕਰਨ ਗਏ ਲੋਕ ਜਿਹੜੇ ਲਾਹੌਰ ਦੀ ਉਹ ਤਰ੍ਹਾਂ ਦੀ ਧਰਮਸ਼ਾਲਾ ਦੇ ਵਿੱਚ ਠਹਿਰੇ ਹੋਏ ਸਨ ਉਹਨਾਂ ਸਾਰਿਆਂ ਨੂੰ ਗ੍ਰਫਤਾਰ ਕੀਤਾ ਜਾ ਚੁੱਕਾ ਹੈ। ਬਾਬਾ ਮਹਾਰਾਜ ਸਿੰਘ ਨੇ ਉਸ ਤੋਂ ਬਾਅਦ ਜਦੋਂ ਇਸ ਖਬਰ ਦੇ ਪੁਖਤਾ ਸਬੂਤ ਮਿਲ ਗਏ ਕਿ ਹੁਣ ਦਲੀਪ ਸਿੰਘ ਨੂੰ ਅਗਵਾ ਕਰਕੇ ਆਪਣੇ ਕਬਜ਼ੇ ਹੇਠ ਰੱਖਣਾ ਬਹੁਤ ਮੁਸ਼ਕਲ ਹੈ ਤਾਂ ਫਿਰ ਬਾਬਾ ਮਹਾਰਾਜ ਸਿੰਘ ਨੇ ਅੰਗਰੇਜ਼ੀ ਰਾਜ ਦੀਆਂ ਜੜਾ ਪੁੱਟਣ ਦੇ ਵਾਸਤੇ ਗਰੀਲਾ ਜੰਗ ਦੀ ਨੀਤੀ اختیار ਕਰਦਿਆਂ ਪਿੰਡ ਪਿੰਡ ਜਗ੍ਹਾ-ਜਗ੍ਹਾ ਜਾ ਕੇ ਵਿਚਰ ਕੇ ਲੋਕਾਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ। ਸਭ ਤੋਂ ਅਹਿਮ ਗੱਲ ਕਿ ਉਹਨਾਂ ਦੀ ਇਹ ਕੋਸ਼ਿਸ਼ ਸੀ ਕਿ ਜਿਹੜੇ ਡੋਗਰੇ ਨੇ ਗੁਲਾਬ ਸਿੰਘ ਡੋਗਰਾ ਤੇ ਉਸ ਦਾ ਬੇਟਾ ਰਣਵੀਰ ਸਿੰਘ ਇਹ ਬੜੀ ਦੋਗਲੀ ਨੀਤੀ ਨਾਲ ਚੱਲ ਰਹੇ ਸੀ ਕਿਉਂਕਿ ਜਦੋਂ ਗੁਜਰਾਤ ਦੀ ਪਹਿਲੀਆਂ ਲੜਾਈਆਂ ਹੋਈਆਂ ਨੇ ਚੇਲਿਆਂ ਵਾਲੀ ਔਰ ਉਹਦੇ ਤੋਂ ਪਹਿਲਾਂ ਰਾਮਨਗਰ ਵਾਲੀ ਜੇਕਰ ਉਹਨਾਂ ਲੜਾਈਆਂ ਦੇ ਨਤੀਜਿਆਂ ਨੂੰ ਵੇਖੋ ਤਾਂ ਅੰਗਰੇਜ਼ ਲਿਖਾਰੀ ਤੇ ਉਹਨਾਂ ਦੇ ਜਰਨਲ ਵੀ ਮੰਨਦੇ ਨੇ ਕਿ ਜੇਕਰ ਉਸ ਸਮੇਂ ਜੱਤਰ ਸਿੰਘ ạtਾਰੀ ਵਾਲਾ ਤੇ ਸ਼ੇਰ ਸਿੰਘ ạtਾਰੀ ਵਾਲੇ ਦੇ ਕੋਲ ਪਿੱਛੋਂ ਕਿਸੇ ਵੀ ਤਰ੍ਹਾਂ ਦੀ ਫੌਜੀ ਏਮਦਾਦ ਪਹੁੰਚਣ ਦੀ ਕੋਈ ਵਿਉਂਤਬੰਦੀ ਹੁੰਦੀ ਤਾਂ ਇਹ ਜੰਗ ਅੰਗਰੇਜ਼ ਕਦੀ ਵੀ ਨਾ ਜਿੱਤ ਸਕਦੇ ਔਰ ਨਾ ਹੀ ਸਿੱਖ ਫੌਜਾਂ ਨੂੰ ਉਹਨਾਂ ਦੇ ਸਾਹਮਣੇ ਹਥਿਆਰ ਸੁੱਟਣੇ ਪੈਂਦੇ ਅਗਲੀ ਗੱਲ ਇੱਕ ਦੋਸਤ ਮੁਹੰਮਦ ਖਾਨ ਨੂੰ ਲਿਖੀ ਚਿੱਠੀ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਵੇਗੀ ਪਰ ਫਿਲਹਾਲ ਮੈਂ ਇਹ ਦੱਸ ਦੇਵਾਂ ਕਿ ਜਿਹੜੇ ਡੋਗਰੇ ਨੇ ਉਹ ਦੋਰੀ ਨੀਤੀ ਪੱਤਰੇ ਸੀ ਉਹ ਅੰਗਰੇਜ਼ਾਂ ਦੇ ਨਾਲ ਵੀ ਸਬੰਧ ਰੱਖ ਰਹੇ ਸੀ ਤੇ ਉਹ ਬਾਬਾ ਮਹਾਰਾਜ ਸਿੰਘ ਦੇ ਨਾਲ ਵੀ ਸਬੰਧ ਰੱਖ ਰਹੇ ਸੀ ਬਾਬਾ ਮਹਾਰਾਜ ਸਿੰਘ ਦੇ ਨਾਲ ਉਦੋਂ ਤੱਕ ਉਹਨਾਂ ਦੇ ਸਬੰਧ ਬੜੇ ਵਧੀਆ ਰਹੇ ਜਦੋਂ ਤੱਕ ਸਿੱਖ ਫੌਜਾਂ ਗੁਜਰਾਤ ਦੀ ਲੜਾਈ ਹਾਰ ਨਹੀਂ ਗਈਆਂ ਜਿੱਥੋਂ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਹੁਣ ਸਾਨੂੰ ਸਿੱਖਾਂ ਤੋਂ ਕੋਈ ਖਤਰਾ ਨਹੀਂ ਰਹਿ ਗਿਆ ਤੇ ਉਹਨਾਂ ਖੁੱਲੇ ਰੂਪ ਦੇ ਵਿੱਚ ਕਹਿ ਸਕਦੇ ਹੋ ਕਿ ਅੰਗਰੇਜ਼ਾਂ ਦੇ ਪੱਖ ਦੇ ਵਿੱਚ ਭੁਗਤਣਾ ਸ਼ੁਰੂ ਕਰ ਦਿੱਤਾ ਨਹੀਂ ਤੇ ਇਹਦੇ ਤੋਂ ਪਹਿਲਾਂ ਉਹ ਸੋਚਦੇ ਸੀ ਕਿ ਜੇ ਕਿਤੇ ਅੰਗਰੇਜ਼ ਇੱਥੋਂ ਨਿਕਲ ਗਏ ਜਾਂ ਸਿੱਖ ਤਗੜੇ ਹੋ ਗਏ ਤਾਂ ਦੁਬਾਰਾ ਸਿੱਖਾਂ ਨੇ ਸਾਡਾ ਉਹੀ ਹਾਲ ਕਰ ਦੇਣਾ ਜਿਹੜਾ ਕਿਸੇ ਸਮੇਂ ਸੀ ਸੋ ਉਹ ਬੜੀ ਕਹਿ ਸਕਦੇ ਹੋ ਕਿ ਸ਼ਾਤਰਬੁੱਧੀ ਦੇ ਨਾਲ ਚੱਲ ਰਹੇ ਸੀ ਤੇ ਜਦੋਂ ਤੱਕ ਗੁਜਰਾਤ ਦੀ ਜੰਗ ਦੇ ਵਿੱਚ ਸਿੱਖ ਫੌਜਾਂ ਨੇ ਆਤਮ ਸਮਰਪਣ ਨਹੀਂ ਕੀਤਾ ਉਦੋਂ ਤੱਕ ਬਾਬਾ ਮਹਾਰਾਜ ਸਿੰਘ ਨੇ ਤਕਰੀਬਨ ਗੁਲਾਬ ਸਿੰਘ ਤੇ ਰਣਵੀਰ ਸਿੰਘ ਜਿਹੜਾ ਉਹਦਾ ਪੁੱਤਰ ਸੀ ਉਹਨਾਂ ਦੇ ਪਹਾੜੀ ਇਲਾਕਿਆਂ ਦੇ ਵਿੱਚ ਹੀ ਆਪਣਾ ਬਹੁਤ ਸਾਰਾ ਸਮਾਨ ਕੁਝ ਅੰਗਰੇਜ਼ਾਂ ਦੀਆਂ ਖੁਫੀਆ ਰਿਪੋਰਟਾਂ ਦੇ ਮੁਤਾਬਕ ਮਾਲ ਅਸਬਾਬ 22 ਊਠਾਂ ਦੇ ਉੱਪਰ ਲੱਦਿਆ ਜਾਣ ਵਾਲਾ ਸੀ ਖਾਸ ਕਰਕੇ ਉਹਨਾਂ ਨੇ ਆਪਣੀ ਸਪਲਾਈ ਜਿਹੜੀ ਰਾਸ਼ਨ ਦੀ ਸੀ ਉਹਨੂੰ ਵੀ ਉੱਥੇ ਹੀ ਕਿਸੇ ਤਰ੍ਹਾਂ ਦੇ ਨਾਲ ਸੈੱਟ ਕੀਤਾ ਸੀ ਪਰ ਗੁਜਰਾਤ ਦੀ ਜੰਗ ਦੇ ਵਿੱਚ ਸਿੱਖਾਂ ਦੇ ਆਤਮ ਸਮਰਪਣ ਤੋਂ ਬਾਅਦ ਡੋਗਰਿਆਂ ਦੀਆਂ ਅੱਖਾਂ ਬਿਲਕੁਲ ਬਦਲ ਗਈਆਂ ਇਥੋਂ ਤੱਕ ਕਿ ਉਹਨਾਂ ਨੇ ਬਾਬਾ ਮਹਾਰਾਜ ਸਿੰਘ ਨੂੰ ਸਿੱਧੇ ਅਸਿੱਧੇ ਰੂਪ ਦੇ ਵਿੱਚ ਕਹਿ ਦਿੱਤਾ ਕਿ ਹੁਣ ਅੰਗਰੇਜ਼ਾਂ ਦੇ ਖਿਲਾਫ ਜੇਕਰ ਤੁਸੀਂ ਕੋਈ ਵੀ ਵਿਉਂਤਬੰਦੀ ਉਲੀਕਣੀ ਹੈ ਤਾਂ ਸਾਡੀ ਰਿਆਸਤ ਦੀ ਜ਼ਮੀਨ ਨਾ ਵਰਤੀ ਜਾਵੇ ਬਾਬਾ ਮਹਾਰਾਜ ਸਿੰਘ ਦੇ ਸਾਹਮਣੇ ਹੁਣ ਦੋ ਤਿੰਨ ਚੁਣੌਤੀਆਂ ਸਨ ਇੱਕ ਤਾਂ ਹਥਿਆਰਾਂ ਦਾ ਪ੍ਰਬੰਧ ਕਰਨਾ ਕਿਉਂਕਿ ਜੇਕਰ ਅੰਗਰੇਜ਼ਾਂ ਦੇ ਖਿਲਾਫ ਹਥਿਆਰਬੰਦ ਬਗਾਵਤ ਕਰਨੀ ਹੈ ਤਾਂ ਉਹਨਾਂ ਦੇ ਬਰਾਬਰ ਦੇ ਹਥਿਆਰ ਚਾਹੀਦੇ ਨੇ ਹਥਿਆਰਾਂ ਨੂੰ ਇਕੱਠਾ ਕਰਨ ਦੇ ਵਾਸਤੇ ਪੈਸੇ ਦੀ ਲੋੜ ਸੀ ਔਰ ਸਭ ਤੋਂ ਅਹਿਮ ਗੱਲ ਸੀ ਕਿ ਅੰਗਰੇਜ਼ਾਂ ਦਾ ਖੁਫੀਆ ਵਿਭਾਗ ਸਭ ਤੋਂ ਵੱਡਾ ਦੁਸ਼ਮਣ ਬਾਬਾ ਮਹਾਰਾਜ ਸਿੰਘ ਨੂੰ ਸਮਝ ਰਿਹਾ ਸੀ ਤੇ ਬਾਬਾ ਮਹਾਰਾਜ ਸਿੰਘ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸੀ ਕਿ ਅੰਗਰੇਜ਼ਾਂ ਦੇ ਖੁਫੀਆ ਵਿਭਾਗ ਤੋਂ ਬਚ ਕੇ ਰਹਿਣਾ ਅਜੇ ਸਮੇਂ ਦੇ ਵਿੱਚ ਵੀ ਬਾਬਾ ਮਹਾਰਾਜ ਸਿੰਘ ਨੇ ਬਹੁਤ ਹੀ ਵਧੀਆ ਵਿਉਂਤਮੰਦੀ ਦੇ ਨਾਲ ਸਰਦਾਰ ਜਵਾਰ ਸਿੰਘ ਸਰਹਾਲੀ ਵਾਲੇ ਨੂੰ ਕੁਝ ਜਵਾਨ ਦੇ ਕੇ ਉਸ ਵੇਲੇ ਡੋਗਰਾ ਗੁਲਾਬ ਸਿੰਘ ਦੇ ਪ੍ਰਾਸਚੀਤ ਸਿੰਘ ਦਾ ਜਿਹੜਾ ਕਿਲਾ ਸੀ ਉਹਦੇ ਉੱਪਰ ਕਬਜ਼ਾ ਕਰ ਲਿਆ ਜਿਹੜਾ ਉਸ ਦੀ ਪਤਨੀ ਦੇ ਕਹਿ ਸਕਦੇ ਹੋ ਕਿ ਹਿੱਸੇ ਦੇ ਵਿੱਚ ਆਇਆ ਹੋਇਆ ਸੀ ਉਹਨਾਂ ਦਾ ਇਰਾਦਾ ਇਹ ਸੀ ਕਿ ਜੇਕਰ ਇਸ ਕਿਲੇ ਦੇ ਉੱਪਰ ਕਬਜ਼ਾ ਹੋ ਜਾਵੇਗਾ ਤਾਂ ਇੱਥੋਂ ਦੇ ਇਲਾਕੇ ਦੇ ਵਿੱਚੋਂ ਕੁਝ ਲਗਾਨ ਜਾਂ ਕਰ ਇਕੱਠਾ ਕਰਕੇ ਸੰਘਰਸ਼ ਦੇ ਵਿੱਚ ਜਿਹੜੀ ਮਾਇਕ ਲੋੜ ਆ ਉਹ ਪੂਰਤੀ ਕੀਤੀ ਜਾ ਸਕਦੀ ਹੈ ਪਰ ਇੱਥੇ ਵੀ ਫਿਰ ਗੁਲਾਬ ਸਿੰਘ ਤੇ ਉਸਦੇ ਪਿਤੇ ਰਣਵੀਰ ਸਿੰਘ ਨੇ ਸਿੱਧੇ ਰੂਪ ਦੇ ਵਿੱਚ ਉਹਨਾਂ ਦੇ ਨਾਲ ਟਕਰਾ ਦੀ ਸਥਿਤੀ ਦੇ ਵਿੱਚ ਆਉਣ ਦਾ ਫੈਸਲਾ ਕਰ ਲਿਆ ਜਿਸ ਕਰਕੇ ਉਹਨਾਂ ਨੂੰ ਉਹ ਇਲਾਕਾ ਵੀ ਛੱਡਣਾ ਪਿਆ ਔਰ ਇਥੋਂ ਤੱਕ ਕਿ ਬਾਬਾ ਮਹਾਰਾਜ ਸਿੰਘ ਨੂੰ ਜਿਹੜਾ ਇਸ रियासत ਦਾ ਉਹ ਇਲਾਕਾ ਸੀ ਜਿਹਦੇ ਵਿੱਚ ਪਹਾੜੀਆਂ ਔਰ ਖਾਈਆਂ ਹੋਣ ਕਰਕੇ ਉਹ ਆਪਣੇ ਆਪ ਨੂੰ ਅੰਗਰੇਜ਼ੀ ਰਾਜ ਦੇ ਖਿਲਾਫ ਜੂਝੀ ਜਾਰੀ ਗੁਰਿਲਾ ਜੰਗ ਦੇ ਵਿੱਚ ਮਹਿਫੂਜ਼ ਸਮਝਦੇ ਸਨ ਉਹਨਾਂ ਨੂੰ ਉਹ ਇਲਾਕਾ ਛੱਡਣਾ ਪਿਆ ਅਤੇ ਉਹ ਫਿਰ ਬਾਜੇ ਦੇ ਇਲਾਕੇ ਦੇ ਵਿੱਚ ਤੇ ਦੁਆਬੇ ਦੇ ਇਲਾਕੇ ਦੇ ਵਿੱਚ ਆ ਕੇ ਆਪਣੀਆਂ ਸਰਗਰਮੀਆਂ ਜਾਰੀ ਕਰਨ ਲੱਗੇ ਇੱਕ ਉਹਨਾਂ ਦੇ ਸਾਹਮਣੇ ਕਹਿ ਸਕਦੇ ਹੋ ਕਿ ਬਹੁਤ ਵੱਡੀ ਜਿਹੜੀ ਸੀਗੀ ਉਹ ਚੁਣੌਤੀ ਉਹ ਚੁਣੌਤੀ ਇਹ ਸੀ ਕਿ ਆਲੇ ਦੁਆਲੇ ਉਹਨਾਂ ਦੇ ਦੁਸ਼ਮਣ ਬਹੁਤ ਸਨ ਉਹਨਾਂ ਨੂੰ ਰਾਤ ਨੂੰ ਹੀ ਵਿਚਰਨਾ ਪੈਂਦਾ ਸੀ ਦਿਨੇ ਉਹ ਵਿਚਰ ਨਹੀਂ ਸੀ ਸਕਦੇ ਪਛਾਣ ਉਹਨਾਂ ਦੀ ਬਹੁਤ ਜ਼ਿਆਦਾ ਹੋ ਚੁੱਕੀ ਸੀ ਖੁਫੀਆ ਵਿਭਾਗ ਉਹਨਾਂ ਦੇ ਖਿਲਾਫ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਸੀ ਔਰ ਸਭ ਤੋਂ ਵੱਡੀ ਅਹਿਮ ਗੱਲ ਸੀ ਕਿ ਜਿਹੜੇ ਲੋਕਾਂ ਨੂੰ ਉਹ ਮਿਲਣਾ ਚਾਹੁੰਦੇ ਸੀ ਉਹ ਪੰਜਾਬ ਦੇ ਬਾਰਸੂਖ ਵਿਅਕਤੀ ਸਨ ਤੇ ਉਹਨਾਂ ਵਿਅਕਤੀਆਂ ਦੇ ਉੱਪਰ ਅੰਗਰੇਜ਼ਾਂ ਨੇ ਵੀ ਪੂਰੀ ਅੱਖ ਰੱਖੀ ਹੋਈ ਸੀ ਕਿ ਇਹ ਜਿਹੜੇ रियासतਾਂ ਦੇ ਬਾਹਰ ਸੁ ਵਕਤੀ ਨੇ ਇਹ ਕਿਹੜੇ ਕਿਹੜੇ ਲੋਕਾਂ ਨੂੰ ਮਿਲਦੇ ਨੇ ਹੁਣ ਬਾਬਾ ਮਹਾਰਾਜ ਸਿੰਘ ਨੇ ਸਭ ਤੋਂ ਪਹਿਲਾਂ ਤਾਂ ਜਿਹੜੇ ਸਿੱਖ ਫੌਜੀ ਰਣਜੀਤ ਸਿੰਘ ਦੀ ਹਾਰ ਤੋਂ ਬਾਅਦ ਫੌਜ ਦੇ ਵਿੱਚੋਂ ਨਿਰਾਸ਼ ਹੋ ਕੇ ਆ ਚੁੱਕੇ ਸੀ ਉਹਨਾਂ ਦੇ ਨਾਲ ਸੰਬੰਧ ਬਣਾਉਣੇ ਸ਼ੁਰੂ ਕੀਤੇ ਉਸ ਤੋਂ ਬਾਅਦ ਜਿਹੜੇ ਸਰਦਾਰ रियासतਾਂ ਦੇ ਨਾਲ ਸੰਬੰਧ ਰੱਖਦੇ ਸਨ ਤੇ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਛੋਟੀ-ਛੋਟੀ ਵੀ ਬਗਾਵਤ ਕੀਤੀ ਸੀ ਉਹਨਾਂ ਨੂੰ ਇੱਕ ਮੰਚ ਦੇ ਉੱਪਰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਤੀਜੀ ਗੱਲ ਸੀ ਕਿ ਜਿੱਥੇ ਅੰਗਰੇਜ਼ਾਂ ਦੀ ਦੁਸ਼ਮਣੀ ਬਣ ਚੁੱਕੀ ਸੀ ਭਾਵੇਂ ਕਿਸੇ ਸਮੇਂ ਉਹ ਵੀ ਸਾਡੇ ਦੁਸ਼ਮਣ ਰਹੇ ਸੀ ਜਿਵੇਂ ਕਾਬਲ ਦਾ ਅਮੀਰ ਦੋਸਤ ਮੁਹੰਮਦ ਖਾਨ ਇਹਨਾਂ ਨੇ ਉਹਦੇ ਭਰਾ ਸੁਲੇਮਾਨ ਮੁਹੰਮਦ ਖਾਨ ਦੇ ਨਾਲ ਵੀ ਸਬੰਧ ਸਥਾਪਿਤ ਕੀਤੇ ਤੇ ਚਿੱਠੀ ਪੱਤਰ ਸ਼ੁਰੂ ਕੀਤਾ ਸੋ ਕਹਿਣ ਤੋਂ ਭਾਵੇਂ ਕਿ ਇੱਕ ਇਕੱਲਾ ਵਿਅਕਤੀ ਉਸ ਵੇਲੇ ਦੁਨੀਆ ਦੀ ਸਭ ਤੋਂ ਵੱਡੀ ਸਲਤਨਤ ਦੇ ਖਿਲਾਫ ਇੱਕ ਵਿਅਕਤੀ ਜਿਹੜਾ ਉਹ ਜੰਗ ਲੜ ਰਿਹਾ ਮੈਂ ਕਹਿਣਾ ਕਿ ਉਹਦੇ ਹੌਸਲੇ ਨੂੰ ਸਲਾਮ ਹੈ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਬੁਲੰਦ ਤੇ ਚੜ੍ਹਦੀ ਕਲਾ ਦੀ ਅਵਸਥਾ ਦੇ ਵਿੱਚ ਰੱਖਿਆ ਹੋਵੇਗਾ ਕਿ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਦੇ ਖਿਲਾਫ ਇੱਕ ਵਿਅਕਤੀ ਜਿਹੜਾ ਲੜ ਰਿਹਾ ਸੋ ਉਹਨਾਂ ਨੇ ਪਿੰਡਾਂ ਦਾ ਦੌਰਾ ਕੀਤਾ ਔਰ ਸਕੀਮ ਇਹ ਬਣਾਇ ਗਈ ਕਿ 3 ਜਨਵਰੀ 1850 ਨੂੰ ਤਿੰਨ ਫੌਜੀ ਛਾਉਣੀਆਂ ਦੇ ਵਿੱਚ ਬਗਾਵਤ ਕੀਤੀ ਜਾਵੇਗੀ ਜਲੰਧਰ ਹਸ਼ਿਆਰਪੁਰ ਤੇ ਕਪੂਰਥਲਾ ਇਹਦੇ ਵਾਸਤੇ ਉਹਨਾਂ ਨੇ ਪਿੰਡਾਂ ਦੇ ਲੋਕਾਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ। ਕਿਸ਼ੂਪੁਰ ਪਿੰਡ ਦੇ ਵਿੱਚ ਗਏ ਜਿੱਥੇ ਉਹਨਾਂ ਦੇ ਕੁਝ ਪੁਰਾਣੇ murid ਸਨ ਤੇ ਉਹਨਾਂ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਤਕਰੀਬਨ 500 ਤੋਂ ਲੈ ਕੇ 1000 ਤੋੜੇਦਾਰ ਬੰਦੂਕਾਂ ਜਿਹੜੀਆਂ ਨੇ ਉਹ ਉਹਨਾਂ ਦੇ ਵਾਸਤੇ ਇਸ ਬਗਾਵਤ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਾਲ ਪ੍ਰਬੰਧ ਕਰਕੇ ਦੇਣਗੇ। ਉਸ ਤੋਂ ਬਾਅਦ ਉਹ ਇੱਕ ਪਿੰਡ ਦਾ ਨਾਮ ਹੁੰਦਾ ਕਡੋਲੀਆ ਕਡੋਲੀਆ ਪਿੰਡ ਦੇ ਵਿੱਚ ਬਾਬਾ ਵਿਕਰਮ ਸਿੰਘ ਬੇਦੀ ਬਾਬਾ ਸਾਹਿਬ ਸਿੰਘ ਉਹਨਾਂ ਵਾਲਿਆਂ ਦੇ ਬੇਟੇ ਉਹਨਾਂ ਨੇ ਵੀ ਬਗਾਵਤ ਕੀਤੀ ਸੀ ਤੇ ਉਹਨਾਂ ਦੇ ਮুরিਦ ਜਿਹੜੇ ਸੀਗੇ ਉਹ ਇਹਨਾਂ ਦੇ ਨਾਲ ਜਿਹੜੇ ਸੀਗੇ ਕਾਫੀ ਵਧੀਆ ਸਬੰਧ ਰੱਖਦੇ ਸੀ ਕਿਉਂਕਿ ਬਾਬਾ ਮਹਾਰਾਜ ਸਿੰਘ ਨੇ ਤੇ ਬਾਬਾ ਵਿਕਰਮ ਸਿੰਘ ਬੇਦੀ ਹੁਣਾਂ ਨੇ ਇੱਕ ਹੀ ਸਥਾਨ ਤੋਂ ਤੇ ਇੱਕ ਹੀ ਸ਼ਖਸੀਅਤ ਤੋਂ ਅਮਰਤਪਨ ਕੀਤਾ ਸੀ ਤੇ ਉਹਨਾਂ ਨੂੰ ਆਪਣਾ ਗੁਰ ਭਾਈ ਸਮਝਦੇ ਸਨ ਇਸ ਕਰਕੇ ਉੱਥੋਂ ਦੇ ਲੋਕਾਂ ਨੇ ਉਹਨਾਂ ਨੂੰ ਇਹ ਵਿਸ਼ਵਾਸ ਦਵਾਇਆ ਜੇਕਰ ਤੁਸੀਂ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਕਰੋਗੇ ਤਾਂ ਹਥਿਆਰ ਤੁਸੀਂ ਅਰੇਂਜ ਕਰ ਦਿਓ ਅਸੀਂ ਤਨੁਚਾਰ 4000 ਦੇ ਕਰੀਬ ਲੜਾਕੇ ਜਿਹੜੇ ਸਿਪਾਹੀ ਐ ਉਹ ਆਪਣੇ ਇਲਾਕੇ ਦੇ ਵਿੱਚੋਂ ਦੇ ਦੇਾਂਗੇ ਇਸ ਤੋਂ ਬਾਅਦ ਟਾਂਡੇ ਦੇ ਨੇੜੇ ਉਹ ਇੱਕ ਤੋਪ ਜਿਹੜੀ ਸੀਗੀ ਉਹ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਉਹਦਾ ਪ੍ਰਬੰਧ ਕੀਤਾ ਗਿਆ ਕਿ ਤੋਪ ਦੇ ਨਾਲ ਜੇਕਰ ਫੌਜੀ ਸ਼ੋਣੀਆਂ ਦੀਆਂ ਬਾਹਰ ਵਾਲੀਆਂ ਜਿਹੜੀਆਂ ਫਸੀਲਾ ਨੇ ਜਾਂ ਕੰਧਾਂ ਨੇ ਉਹ ਉਡਾਉਣੀਆਂ ਪਈਆਂ ਤਾਂ ਢੋਪ ਦੀ ਵਰਤੋਂ ਜਿਹੜੀ ਕੀਤੀ ਜਾ ਸਕੇ ਫਿਰ ਸਭ ਤੋਂ ਅਹਿਮ ਗੱਲ ਸੀ ਕਿ ਢੋਪ ਔਰ ਬਰੂਦ ਦਾ ਇੰਤਜ਼ਾਮ ਤਾਂ ਹੋ ਗਿਆ ਜਿਹੜੀ ਕਿਤੇ ਕਿਸੇ ਸਿੱਖ ਫੌਜੀਆ ਨੇ ਅੰਗਰੇਜ਼ਾਂ ਤੋਂ ਲੁਕਾ ਕੇ ਰੱਖੀ ਹੋਈ ਸੀ ਹੁਣ ਉਸ ਨੂੰ ਚਲਾਉਣ ਦੇ ਵਾਸਤੇ ਆਤਿਸ਼ਬਾਜ਼ ਔਰ ਢੋਪਚੀਆਂ ਦੀ ਲੋੜ ਸੀ ਜਿਹੜੇ ਮਾਝੇ ਦੇ ਵਿੱਚੋਂ ਦੋ ਜੱਟ ਪਰਿਵਾਰ ਦੇ ਵਿੱਚੋਂ ਭਰਾ ਮੰਗਵਾਏ ਗਏ ਜਿਹੜੇ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਆਤਿਸ਼ਬਾਜ਼ ਸਨ ਸੋ ਇਹ ਸਾਰਾ ਪ੍ਰਬੰਧ ਕਰ ਲਿਆ ਗਿਆ ਔਰ ਇਹਦੇ ਨਾਲ ਹੀ ਸ਼ਾਮ 84 ਤੋਂ ਸਰਦਾਰ ਕਿਸ਼ਨ ਸਿੰਘ ਵਸਾਵਾ ਸਿੰਘ ਤੇ ਜਵਾਰ ਸਿੰਘ ਉਹਨਾਂ ਨੂੰ ਕਾਬਲ ਵੱਲ ਤੋਰ ਦਿੱਤਾ ਕਾਬਲ ਦੇ ਅਮੀਰ ਦੋਸਤ ਮੁਹੰਮਦ ਖਾਨ ਦੇ ਪ੍ਰਾਸ ਸੁਲੇਮਾਨ ਮੁਹੰਮਦ ਖਾਨ ਦੇ ਰਾਹੀਂ ਇਹ ਜਿਹੜੀ ਚਿੱਠੀ ਪੱਤਰ ਇਹਨਾਂ ਦਾ ਦੋਸਤ ਮੁਹੰਮਦ ਖਾਨ ਦੇ ਨਾਲ ਹੁੰਦਾ ਸੀ ਹੁਣ ਇੱਕ ਚਿੱਠੀ ਜਿਹੜੀ ਇਹਨਾਂ ਨੇ ਲਿਖੀ ਹੋਵੇਗੀ ਤੇ ਜਿਹੜੀ ਇਹਨਾਂ ਦੇ ਜਵਾਬ ਦੇ ਵਿੱਚ ਚਿੱਠੀ دوست ਮੁਹੰਮਦ ਖਾਨ ਵੱਲੋਂ ਆਈ ਜਿਹੜੀ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਅੰਗਰੇਜ਼ਾਂ ਨੇ ਜ਼ਬਤ ਕੀਤੀ ਔਰ ਉਸ ਫਾਰਸੀ ਦੀ ਚਿੱਠੀ ਦਾ ਅੰਗਰੇਜ਼ੀ ਤਰਜਮਾ ਜਿਹੜਾ ਵਾ ਉਹ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਲਾਰਡ ਲਾਹੌਜ਼ੀ ਨੂੰ ਕਰਕੇ ਭੇਜਿਆ ਉਸ ਚਿੱਠੀ ਨੂੰ ਪੜੀਏ ਤਾਂ ਬਹੁਤ ਕੁਝ ਸਾਹਮਣੇ ਆ ਜਾਂਦਾ ਹੈ ਉਹਦੇ ਵਿੱਚ دوست ਮੁਹੰਮਦ ਖਾਨ ਬਾਬਾ ਮਹਾਰਾਜ ਸਿੰਘ ਨੂੰ ਲਿਖਦਾ ਹੈ ਕਿ ਪਹਿਲੀਆਂ ਵੀ ਤੁਹਾਡੀਆਂ ਕਈ ਚਿੱਠੀਆਂ ਜਾਂ ਪੱਤਰ ਮਿਲੇ ਪਰ ਉਦੋਂ ਅਸੀਂ ਇੱਕ ਦੂਜੇ ਦੇ ਵਾਸਤੇ ਅਜਨਬੀ ਸਾਂ ਪਰ ਹੁਣ ਜਿਹੜਾ ਪੱਤਰ ਮਿਲਿਆ ਹੈ ਇਹਦੇ ਵਿੱਚ ਮਹਿਸੂਸ ਕਰਦਾ ਹਾਂ ਕਿ ਤੁਸੀਂ ਵੀ ਸਾਡੇ ਵਾਂਗੂ ਇੱਕ ਖਾਸ ਸੰਘਰਸ਼ ਦੇ ਵਿੱਚ ਲੜ ਰਹੇ ਹੋ ਤੁਹਾਡੇ ਸਾਹਮਣੇ ਸਮੱਸਿਆਵਾਂ ਬਹੁਤ ਨੇ ਕਿਉਂਕਿ ਮੈਂ ਜਾਣਦਾ ਹਾਂ ਕਿ ਗੁਜਰਾਤ ਦੀ ਜੰਗ ਤੋਂ ਪਹਿਲਾਂ ਜਾਂ ਮਲਤਾਨ ਦੀ ਬਗਾਵਤ ਤੋਂ ਪਹਿਲਾਂ ਡੋਗਰਿਆਂ ਨੇ ਤੁਹਾਡੇ ਨਾਲ ਬਹੁਤ ਸਾਰੇ ਇਕਰਾਰ ਕੀਤੇ ਸੀ ਕਿ ਜੇਕਰ ਮਲਤਾਨ ਦੇ ਵਿੱਚ ਬਗਾਵਤ ਹੋਈ ਜੇਕਰ ਚਤਰ ਸਿੰਘ ਤੇ ਸ਼ੇਰ ਸਿੰਘ ਨੇ ਬਗਾਵਤ ਕੀਤੀ ਤਾਂ ਉਹ ਤੁਹਾਨੂੰ ਅਸਲੇ ਦੇ ਪੱਖ ਤੋਂ ਔਰ ਮਾਇਆ ਦੇ ਪੱਖ ਤੋਂ ਮਦਦ ਦੇਣਗੇ ਪਰ ਜਦੋਂ ਉਹ ਜੰਗਾ ਐਨ ਸਿਖਰ ਦੇ ਉੱਪਰ ਸਨ ਮਦਦ ਦੀ ਲੋੜ ਸੀ ਤੇ ਜੇਕਰ ਮਦਦ ਆ ਜਾਂਦੀ ਤੇ ਉਹ ਜੰਗਾ ਜਿੱਤੀਆਂ ਵੀ ਜਾ ਸਕਦੀਆਂ ਸਨ ਪਰ ਉਸ ਸਮੇਂ ਡੋਗਰੇ ਜਿਹੜੇ ਸੀ ਆਪਣੀ ਕੀਤੀ ਹੋਈ ਗੱਲ ਤੋਂ ਤੇ ਦਿੱਤੇ ਹੋਏ ਵਾਅਦੇ ਤੇ ਇਕਰਾਰ ਤੋਂ ਮੁੱਕਰ ਗਏ ਜਿਸ ਕਰਕੇ ਸਿੱਖ ਫੌਜਾਂ ਨੂੰ ਇੰਨਾਂ ਹਾਰਾਂ ਦਾ ਸਾਹਮਣਾ ਕਰਨਾ ਪਿਆ ਹੁਣ ਜਿੱਥੋਂ ਤੱਕ ਸਾਡੀ ਸਮੱਸਿਆ ਹੈ ਜੇਕਰ ਤੁਸੀਂ ਪੰਜਾਬ ਦੇ ਵਿੱਚ ਬਗਾਵਤ ਕਰਦੇ ਹੋ ਤਾਂ ਪੰਜਾਬ ਦੇ ਵਿੱਚ ਤੁਹਾਡੀ ਬਗਾਵਤ ਦੇ ਵਿੱਚ ਜੇਕਰ ਅਸੀਂ ਮਦਦ ਕਰਨ ਵਾਸਤੇ ਆਈਏ ਤਾਂ ਸਾਡੇ ਕੋਲ ਇੰਨੀ ਮਾਇਕ ਸਮਰੱਥਾ ਨਹੀਂ ਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਤੁਸੀਂ ਇੱਕ ਬਹੁਤ ਵੱਡੀ ਮਾਇਕ ਤੰਗੀ ਦੇ ਨਾਲ ਜੂਝ ਰਹੇ ਹੋ ਇਸ ਕਰਕੇ ਅਸੀਂ ਤੁਹਾਡੀ ਮਦਦ ਕਰਨ ਤੋਂ ਅਸਮਰੱਥ ਹਾਂ ਬਲਕਿ ਸਾਡਾ ਸਾਰਾ ਜੋਰ ਇਸ ਗੱਲ ਦੇ ਉੱਪਰ ਲੱਗਾ ਹੋਇਆ ਹੈ ਕਿ ਜਿਹੜੀਆਂ ਸਾਡੀਆਂ ਪਰ ਆੜੀ ਸਰਦਾਂ ਦੇ ਉੱਪਰ ਅੰਗਰੇਜ਼ ਅੱਗੇ ਵਧਣਾ ਚਾਹੁੰਦਾ ਹੈ ਅਸੀਂ ਕੰਧਾਰ ਤੋਂ ਲੈ ਕੇ ਕਾਬਲ ਤੱਕ ਦੇ ਉਸ ਇਲਾਕੇ ਦੇ ਉੱਪਰ ਅੰਗਰੇਜ਼ਾਂ ਨੂੰ ਆਪਣੀ ਸਰਜ਼ਮੀਨ ਦੇ ਉੱਪਰ ਪੈਰ ਨਾ ਪਾਉਣ ਦਈਏ ਥੱਲੇ ਲਿਖਿਆ ਸੀ ਤੁਹਾਡਾ ਦੋਸਤ ਮੁਹੰਮਦ ਖਾਨ ਤੋ ਇਸ ਗੱਲ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਜਿਹੜੀਆਂ ਲੜਾਈਆਂ ਪਹਿਲਾਂ ਲੜੀਆਂ ਗਈਆਂ ਉਹਨਾਂ ਲੜਾਈਆਂ ਦੇ ਵਿੱਚ ਬਾਬਾ ਮਹਾਰਾਜ ਸਿੰਘ ਨੂੰ ਡੋਗਰਿਆਂ ਦੇ ਵੱਲੋਂ ਇਹ ਵਿਸ਼ਵਾਸ ਜ਼ਰੂਰ ਦਿਵਾਇਆ ਗਿਆ ਸੀ ਕਿ ਅਸੀਂ ਉਹਨਾਂ ਦੀ ਮਦਦ ਕਰਾਂਗੇ ਉਹ ਮਦਦ ਨਾ ਕੀਤੀ ਗਈ ਪਰ ਇਹਦੇ باوجود ਵੀ ਮੈਂ ਕਹਿੰਦਾ ਕਿ ਦੋਸਤ ਮੁਹੰਮਦ ਖਾਨ ਦੀ ਇਨਕਾਰ ਵਾਲੀ ਚਿੱਠੀ ਆਉਣ ਤੋਂ ਬਾਅਦ ਵੀ ਬਾਬਾ ਮਹਾਰਾਜ ਸਿੰਘ ਨੇ ਆਪਣੀਆਂ ਸਰਗਰਮੀਆਂ ਜਾਰੀ ਰੱਖੀਆਂ ਉਹ ਰਾਤ ਆਪਣੀ ਬੜੀ ਪਿਆਰੀ ਘੋੜੀ ਜਿਸ ਨੂੰ ਕਬੂਤਰੀ ਕਹਿਆ ਕਰਦੇ ਸੀ ਉਹਦੇ ਉੱਪਰ ਸਵਾਰ ਹੋ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਵਿਚਰਦੇ ਰਹੇ ਅਖੀਰ ਆਦਮਪੁਰ ਤੇ ਸ਼ਾਮ ਚਰਾਸਤੀ ਦੇ ਵਿੱਚਕਾਰ ਖੇਤਾਂ ਦੇ ਵਿੱਚ ਬੈਠੇ ਸੀ ਜਿਸ ਵੇਲੇ ਜਲੰਧਰ ਦੇ ਜਿਹੜਾ ਡਿਪਟੀ ਕਮਿਸ਼ਨਰ ਸੀ ਹੈਨਰੀ ਵੈਂਸਡੇਟ ਉਸ ਨੂੰ ਇਹ ਖਬਰ ਮਿਲੀ ਕਿਸੇ ਮੁਖਬਰ ਦੇ ਰਾਹੀਂ ਕਿ ਉੱਥੇ ਬਾਬਾ ਮਹਾਰਾਜ ਸਿੰਘ ਤੇ ਉਸ ਦੇ ਕੁਝ ਬਾਗੀ ਜਿਹੜੇ ਸਾਥੀ ਨੇ ਉਹ ਬੈਠੇ ਨੇ ਸੋ ਇਹ ਜਿਹੜੀ ਉਸ ਨੂੰ ਖਬਰ ਹੈ ਉਹ 28 ਦਸੰਬਰ 1949 ਨੂੰ ਮਿਲਦੀ ਹੈ 3 ਜਨਵਰੀ 1850 ਨੂੰ ਬਗਾਵਤ ਕਰਨ ਦਾ ਜਿਹੜਾ ਦਿਨ ਮਿੱਥਿਆ ਗਿਆ ਸੀ ਤੇ ਬਗਾਵਤ ਕਰਨ ਦੇ ਦਿਨ ਤੋਂ 5 ਦਿਨ ਪਹਿਲਾਂ ਜਿਹੜੀ ਹੈ ਇਹਨਾਂ ਦੀ ਮੁਖਬਰੀ ਹੋ ਜਾਂਦੀ ਹੈ ਤੇ ਜਿਸ ਵੇਲੇ ਖਬਰ ਮਿਲਦੀ ਹੈ ਹੈਨਰੀ ਸਟੀਵਰਟ ਨੂੰ ਤੇ ਉਸ ਵੇਲੇ ਹੀ ਮਾਫ ਕਰਨਾ ਜਿਸ ਵੇਲੇ ਖਬਰ ਮਿਲਦੀ ਹੈ ਹੈਨਰੀ ਵੈਂਸਡੇਟ ਨੂੰ ਉਹ ਉਸੇ ਵੇਲੇ ਹੀ ਆਪਣੇ ਸਾਥੀਆਂ ਤੇ ਫੌਜੀ ਰਸਾਲੇ ਨੂੰ ਨਾਲ ਲੈ ਕੇ ਉਸ ਇਲਾਕੇ ਵੱਲ ਨੂੰ ਤੁਰ ਪੈਂਦਾ ਹੈ ਤੇ ਜਿਹੜੀ ਚਿੱਠੀ ਉਹ 29 ਦਸੰਬਰ 1859 ਨੂੰ ਲਾਰਡ ਡਲੋ ਜੀ ਨੂੰ ਲਿਖਦਾ ਉਹਦੇ ਵਿੱਚ ਉਹ ਜ਼ਿਕਰ ਕਰਦਾ ਹੈ ਕਿ ਮੈਨੂੰ ਇੱਕ ਮੁਖਬਰ ਨੇ ਆ ਕੇ ਸੂਚਨਾ ਦਿੱਤੀ ਕਿ ਗੁਰੂ ਮਹਾਰਾਜ ਤੇ ਉਸਦੇ ਸਾਥੀ ਆਦਮਪੁਰ ਦੇ ਕੋਲ ਕੀਤਾ ਵਿੱਚ ਠਹਿਰੇ ਹੋਏ ਨੇ ਸੋ ਇਸ ਮੁਖਰੀ ਦੇ ਮੁਖਬਰੀ ਦੇ ਆਧਾਰ ਦੇ ਉੱਪਰ ਬਾਬਾ ਮਹਾਰਾਜ ਸਿੰਘ ਨੂੰ ਗ੍ਰਫਤਾਰ ਕੀਤਾ ਜਾਂਦਾ ਹੈ ਸੋ ਅਗਲੀ ਗੱਲ ਕਿ ਗ੍ਰਫਤਾਰੀ ਤੋਂ ਬਾਅਦ ਸਿੱਖ ਫੌਜੀਆਂ ਦੇ ਵਿੱਚ ਉਹਨਾਂ ਦਾ ਕਿਵੇਂ ਦਸਤਕਾਰ ਜਾਂ ਜਿਹੜਾ ਜਲੰਧਰ ਦਾ ਡਿਪਟੀ ਕਮਿਸ਼ਨਰ ਹੈ ਹੈਨਰੀ ਵਾਂਸਟੇਟ ਉਹ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਬਾਰੇ ਮਹਿਸੂਸ ਕਰਦਾ ਹੈ ਤੇ ਲਾਰਡ ਲਾਜ ਨੂੰ ਚਿੱਠੀਆਂ ਲਿਖਦਾ ਹੈ ਇਹ ਅਗਲੇ ਪ੍ਰਕਰਣ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਅੱਜ ਇੰਨੀਆ ਕ ਬੇਨਤੀਆਂ ਪ੍ਰਵਾਨ ਫਤਿਹ ਦੀ ਸਾਂਝ ਪਿਆਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ